Thank you.
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸਿਰ ਦਿੱਤੇ ਬੰਧ ਬੰਧ ਕਟਾਏ ਚੁਰੱਖੀਆਂ ਦੇ ਚੜ੍ਹੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਖੋਪੜੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਜਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਹਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਦਾ ਧਿਆਨ ਹਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਪਾਰ ਸਾ ਆਕੇ ਰਹਿ ਨਾ ਕੋਇ ਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋਇ ਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋਇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤਹੁ ਨਾਨਕ ਨਿਜਲ ਘਰ ਵਾਦਿਓ ਗੁਰ ਕੀਓ ਬੰਦਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੁ ਨਾਨਕ ਨਿਜਲ ਘਰ ਵਾਦਿਓ ਗੁਰ ਕੀਓ ਬੰਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਹਰਮਾਨ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਲਈ ਵੱਖ ਵੱਖ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇ ਜਾਂ ਸਾਹਿਬਾਨ ਪਹੁੰਚੇ ਹੋਏ ਨੇ ਸੋ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਵੀ ਕੀਤਾ ਜਾਂਦਾ ਪਰ ਇਸ ਪਰਿਵਾਰ ਨੇ ਹਮੇਸ਼ਾ ਵੱਧ ਚੜ੍ਹ ਕੇ ਧਾਰਮਿਕ ਕੰਮਾਂ ਵਿੱਚ ਹਿੱਸਾ ਲਿਆ ਔਰ ਮੇਰੇ ਬਲਜੀਤ ਸਿੰਘ ਵੀਰ ਜੀ ਨੇ ਕਾਂਗਰਸ ਪਾਰਟੀ ਦੇ ਵਿੱਚ ਵੀ ਬਹੁਤ ਸੇਵਾ ਕੀਤੀ ਘੱਟ ਸਰਦਾਰ ਹਰਮਾਨ ਸਿੰਘ ਜੀ ਦੇ ਦੋ ਬੇਟੇ ਇੱਕ ਬੇਟੀ ਨੇ ਜਨਮ ਲਿੱਤਾ ਇੱਕ ਬੇਟਾ ਐਕਸੀਡੈਂਟ ਦੇ ਵਿੱਚ ਗੁਜ਼ਰ ਗਿਆ ਸੀ ਉਸ ਤੋਂ ਉਹ ਬਹੁਤੇ ਗੁਰੂ ਦੇ ਚਰਨਾਂ ਵਿੱਚ ਹੀ ਰਹਿਣ ਲੱਗ ਪਿਆ ਅੱਜ ਮੈਂ ਆਪਣੇ ਵੱਲੋਂ ਔਰ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹਾਂ ਕਿਉਂਕਿ ਤੁਰ ਜਾਣਾ ਇਸ ਦੁਨੀਆਂ ਤੋਂ ਕਿਸੇ ਨੇ ਇੱਥੇ ਰਹਿਣਾ ਨਹੀਂ ਔਰ ਅਕਸਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਜ਼ਿੰਦਗੀ ਜੀਣ ਦੇ ਦੋ ਹੀ ਤਰੀਕੇ ਹੈ ਜਿਸ ਤਰ੍ਹਾਂ ਸਾਡੇ ਬਜ਼ੁਰਗ ਮਨੁੱਖਤਾ ਨੂੰ ਯਾਦ ਕਰਕੇ ਆਪਾਂ ਜੀਵਨ ਜੀ ਕੇ ਗਏ ਹੈ ਸੋ ਉਹਨਾਂ ਨੂੰ ਯਾਦ ਕਰਦਿਆਂ ਮੈਂ ਇਹੀ ਅਰਦਾਸ ਕਰਦੀ ਹਾਂ ਕਿ ਸੱਚੇ ਪਾਤਸ਼ਾਹ ਇਸ ਪਰਿਵਾਰ 'ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣਾ ਔਰ ਮੇਰਾ ਵੀਰ ਮਨਜੀਤ ਜਦੋਂ ਵੀ ਇਹਨਾਂ ਨੂੰ ਮਿਲਿਆ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਨੇ ਹਰਬੰਦ ਸਿੰਘ ਉਸ ਵਹਿਰ ਦੇ ਪਾਣੇ ਨੂੰ ਮੰਨਦੇ ਹੋਏ ਗੁਰੂ ਮਹਾਰਾਜ ਦੇ ਚਰਨ ਜੀ ਚਾਰ ਕਰਦੇ ਹਨ ਪਰਿਵਾਰ ਪ੍ਰਤੀ ਜਿਵੇਂ ਕਿ ਪਹਿਲਾਂ ਸਭ ਕੁਛ ਆਪਾਂ ਨੂੰ ਪਤਾ ਲੱਗ ਚੁੱਕਿਆ ਕਿ ਪਿੰਡ ਢੰਡੇ ਤੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਇਲਾਕੇ ਵਿੱਚ ਵੀ ਚੱਲ ਰਹੇ ਹਨ ਜਹ ਜਹ ਰੁਕੇ ਨਾ
Sir, man, pado, bar.
Thank you.
Thank you.
Thank you.
ਪੰਜਾਂ ਪਿਆਰਿਆਂ ਕਹਾਂ ਸਦਾ ਧਿਆਨ ਕਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸਿਰ ਦਿੱਤੇ ਬੰਦ ਬੰਦ ਕਟਾਏ ਚੁਰੱਖੀਆਂ ਦੇ ਚੜ੍ਹੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਖੋਪੜੀਆਂ ਰਵਾਈਆਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਜਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਦਾ ਧਿਆਨ ਕਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰ ਖਾਲਸਾ ਜੀ ਸਾਹਿਬ ਤਹਾਂ ਤਹਾਂ ਅਕਸ਼ਰ ਹੈ ਦੇਖ ਦੇਖ ਫਤਿਹ ਗੁਰਤ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਪਾਏ ਖਾਲਸਾ ਜੀ ਕੈ ਬੋਲ ਪਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਪਵਿੱਤਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਹੋਣਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰੱਖਾ ਆਪ ਅਕਾਲ ਪੁਰਖ ਅੰਤਰ ਜਾਮੀ ਪੰਥ ਦੇ ਸਦਾ ਸਹਾਇ ਦਿੱਤਾ ਕਿ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਬਖਸ਼ੋ ਨਿਮਾਣਿਆਂ ਦੇ ਮਾਣ ਵਾਹਿਗੁਰੂ ਨੇ ਤਾਣਿਆਂ ਦੇ ਕਾਨ ਨਿਓਟਿਆਂ ਦੀ ਯੋਗ ਸੱਚੇ ਪਾਤ ਦਿੱਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਅਰਦਾਸ ਬੇਨਤੀ ਹੈ ਜੀ ਆਪ ਹੀ ਦਿੱਤੀ ਹੋਈ ਸਵਾਸਾ ਦੀ ਮੋਦੀ ਨੂੰ ਸੰਪੂਰਨ ਕਰਦਿਆਂ ਆਪਣੀਆਂ ਸਰਦਾਰ ਹਰਬੰਸ ਸਿੰਘ ਦੀ ਗੰਗ ਸੱਚੇ ਪਾਤਸ਼ਾਹ ਜੀਓ ਇਸ ਲੋਕ ਦੀ ਯਾਤਰਾ ਨੂੰ ਸੰਪੂਰਨ ਕਰਦਿਆਂ ਆਪ ਜੀ ਦੇ ਚਰਨਾਂ ਅੰਦਰ ਜਾ ਬਰਾਜੇ ਜਿੱਥੇ ਪਰਿਵਾਰਾਂ ਵੱਲੋਂ ਉਹਨਾਂ ਦੀ ਆਤਮਾ ਕਲਿਆਣਤਾ ਵਾਸਤੇ ਵਹਿਰ ਵਿਖੇ ਸ੍ਰੀ ਸ੍ਰੀ ਅਖੰਡ ਸਾਹਿਬ ਦੇ ਭੋਗ ਪਾਏ ਗਏ ਹਨ ਸੱਚੇ ਪਾਤਸ਼ਾਹ ਜੀ ਉਹ ਇਸ ਸਮੇਂ ਸਰਬੱਤ ਸੰਗਤਾਂ ਆਪ ਜੀ ਦੀ ਹਜ਼ੂਰੀ ਅੰਦਰ ਸੱਚੇ ਪਾਤਸ਼ਾਹ ਅੰਤਿਮ ਅਰਦਾਸ ਦੇ ਅੰਦਰ ਹਾਜ਼ਰ ਹੋਣ ਸੱਚੇ ਪਾਤਸ਼ਾਹ ਜੀ ਉਹ ਸ਼ਬਦ ਚੌਕੀ ਅਨੰਦ ਸਾਹਿਬ ਜੀ ਕੀ ਅਰਦਾਸ ਅਖਰਵਾਦ ਘਟਪੁਰ ਚ ਮਾਫ਼ ਕਰਨਾ ਪੜ੍ਹੀ ਸ੍ਰੀ ਬਾਣੀ ਸੱਚਖੰਡ ਪ੍ਰਵਾਨ ਕਰਨੀ ਬਾਣੀ ਦਾ ਮਹੱਤਵ ਜੀਵਾਤਮਾ ਨੂੰ ਸਦੀਵੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰਾਂ ਨੂੰ ਭਾਣਾ ਮਨ ਦਾ ਰੱਖਣਾ ਪਰਿਵਾਰਾਂ ਦੇ ਸਿਰਾਂ 'ਤੇ ਮਿਹਨਤ ਰੱਖਣਾ ਬੱਚਿਆਂ ਦੇ ਸਿਰਾਂ 'ਤੇ ਮਿਹਨਤ ਰੱਖਣਾ ਅਤੇ ਸਿੱਖੀ ਜੀਵਨ ਨਾਮ ਦਾਨ ਦੁੱਖਾਂ ਦਿੱਤਾ ਨਾਸ਼ ਕਰਕੇ ਨਾਮ ਅਤੇ ਸੁੱਖ ਦਾ ਪ੍ਰਕਾਸ਼ ਕਰਨਾ ਸਰਬੱਤ ਸਾਧ ਸੰਗਤਾਂ ਜਿਹਨਾਂ ਤਿੰਨਾਂ ਭਾਵਨਾ ਕਰਕੇ ਅਰਦਾਸਾਂ ਬੇਨਤੀਆਂ ਸੋ ਭਾਵਨਾ ਪੂਰੀਆਂ ਕਰਨੀਆਂ ਜੀਵ ਪਾਸੋਂ ਸੰਸਾਰ 'ਚ ਯਾਤਰਾ ਕਰਦੇ ਆ ਇੱਕ ਦੀਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਗਲਤੀਆਂ ਨਾ ਚਿਤਾਰਦੇ ਸਦੀਵੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਸੱਚੇ ਪਾਤਸ਼ਾਹ ਪਰਿਵਾਰ ਵੱਲੋਂ ਵਿਅਰਥ ਮੈਂ ਅਰਦਾਸ ਭੇਟਾਂ ਹਾਜ਼ਰ ਜਿਹਨਾਂ ਦਿਆ ਤੋਂ ਮੈਂ ਸੋ ਕਿਤਾ ਨੇ ਭਰਪੂਰ ਕਰਨੇ ਕੜਾ ਪ੍ਰਸ਼ਾਦ ਦੇਖ ਹਾਜ਼ਰ ਹੈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਹੁਕਮਨਾਮੇ ਬਖਸ਼ਿਸ਼ ਕਰੋ ਜੀ ਹੁਕਮਨਾਮੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਦੀ ਦੇ ਜੋ ਪ੍ਰਭ ਕੋ ਮਿਲਵੋ ਚਾਹੈ ਉਹ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋਇ ਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋਇ ਬੋਲੇ ਸੋ ਅਭਿਮਾਨਾ ਹਰ ਸੋਗ ਤੇ ਰਹੇ ਮਿਆਲ
ना ही मान अपमाना आशा मनसा सगत जगते हरे निराशा काम ब्रह्म निवासा बुद्ध कृपा जह नरको किन्नी तह ते जुग तपसानी नानक दीन भयो गोबिंद सिहो ज्यो पाणी संग पाणी आपे हर एक रंग है आपे बहुरंगी जो दिस भावे नानका साई गल चंगी सतनाम श्री वाहिगुरु सहज जियो तना श्री महला पंजवा जिसका तन मन धन सब तिसका सोई सुगड़ सुजानी तिन्ही सुनिया दुख सुख मेरा ओ बिरत नीकी खटानी जिसका तन मन धन सब तिसका सोई सुगड़ सुजानी तिन ही सुनिया दुख सुख मेरा तो बिद नीकी खटानी जी की एक ही पहमानी अवर जतन कर वह कहो तेरा तिन तिल नहीं कीमत जानी रहाओ अमृत नाम निर्मोलक हीरा गुर दीनो मन तानी बिगड़ न डोल दृढ़ कर रहे हो पूरन होए कृपतानी होए जो बीज हम तुम कश होते तिन की बात बिलानी अलंकार मिल फैली होई है ताते कनक वखानी प्रगटियो ज्योत सहज सुख सोपा बाजे अनहत बाणी कहो नानक निजल घर बाधियो गुर कियो बंदानी प्रगटियो ज्योत सहज सुख सोभा बाजे अनहत बाणी कहो नानक निजल घर बाधियो गुर कियो बंदानी वाहिगुरु जी का खालसा वाहिगुरु जी की फतेह वाहिगुरु जी की फतेह अज सरदार हरमान सिंह जी नूं श्रद्धांजलि देण लई वख वख धार्मिक राजनीतिक समाजिक जथेबंदियां दे अहुदेदार साहिबान पहुंचे हुए ने सो परिवार वालों सारे का धन्यवाद किया जाता तो कुछ चिंता जो साढ़े सत्कारयोग ने सरदार हरमान सिंह जी उन्होंने अपनी श्रद्धांजलि देंगे सब तो पहले मैं बेनती करना वार्ड नंबर 26 तो कौंसलर सरजीत राय जी वो आके परिवार का दुख साझा करेंगे सरजीत राय जी कौंसलर वार्ड नंबर 26 वो आके संगतां नाल अपने विचार साझे पवित्र गोद च बैठी सात संगत जीओ वाहिगुरु जी का खालसा वाहिगुरु जी की फतेह
अज आप सारे माणयोग सरदार हरबंस सिंह जी को श्रद्धा के फल खेड करने लिए इकत्र होए हैं। सो जो इंसान इस दुनिया से आया है उस ना एक दिन इतों चले जाने ये सच्चाई है कि जो इंसान आया उसने एक दिन इतों चले जाना है। उस दादा रह जाती हैं जिस तरह ये परिवार साढ़े वीर मनजीत सिंह कंडे तकरीबन 20 साल तो मेरा इस परिवार नाल प्यारा ये ढंडे पिंड तो उठ के साढ़े तेतीपुर रोड गुरु तेग बहादुर नगर च आए और इस परिवार ने हमेशा बढ़ चढ़ के धार्मिक कामों में हिस्सा लिया और मेरे मनजीत सिंह वीर जी ने कांग्रेस पार्टी के भी बहुत सेवा की। मैं समझता कि माँ प्यो के पुरनिया तो चल के ही हिंदी है क्योंकि मैं बापू जी ने भी कई बार मौका मिलया मिलन का हमेशा गुरु घर नाल बहुत प्यार करते सन। उन्होंने डेली उठ के आना साडे गुरु तेग बहादुर नगर के गुरु घर के हमेशा ही वो सेवा के प्रतीक सन। हमेशा ही गुरु महाराज की नगर के रेंदे सन और मैं समझता कि उन्होंने की कोई उम्र भी नहीं ज़्यादा सी। पिछले कुछ समय उन्होंने एक बेटे का एक्सीडेंट नाल देहांत हो गया सी। वो उदों तो ही उस मन में गम लै गए सन वो भुला नहीं सके। सो अच उन्होंने यादा साढ़े को रह गई। इस परिवार ने हमेशा ही परमात्मा की चढ़ती कला वास्ते योगदान पाया। मैं अपने वालों अपनी पार्टी श्रोमणी अकाली दल बादल वालों श्रद्धा से सरकार के फुट भेट करता और परमात्मा अगर अरदास बेनती करता कि परमात्मा इस विछड़ी रूह अपने चरणों में नमाज बख्शना मगर परिवार को सके सबूतिया भाड़ा मनने का बल बख्शना। वाहगुरू जी का खालसा वाहगुरू जी की फतह। साध संगत जीओ फतेह संधि करिए वाहेगुरू जी का खालसा वाहेगुरू जी की फतह। अज आप सरदार हरबंस सिंह जी टंडा साहब श्रद्धा के समान भेट कर मेरी संगत कट्ठी हुई है। मेरा भी कोई इस परिवार के 15 या 20 साल था वाह। सरदार हरबंस सिंह जी साधु सुभा इंसान से और गुरु घर में जुड़े हुए से घट बैठे। सरदार हरबंस सिंह जी के 2 बेटे एक बेटी ने जन्म लिता एक बेटा एक्सीडेंट के गुजर गया से। उस तो वो बहुत ही गुरु के चरणों में ही रहने लगे। बेटी अपने घरे राजी खुशी है। साडा भरा सरदार मनजीत सिंह जी ढंडे साडा कांग्रेस पार्टी का लीडर है जिला कांग्रेस कमेटी का सीनियर वाइस प्रधान भी है। तो मैं समझदा इस परिवार ने जिथे मेहनत मुशक्का करके नेक कमाई करके अपने कारोबार को तह चुकया अपना नाम बनाया उत्थे इन्होंने राजनीति के भी बड़ा कांग्रेस पार्टी में वादा बड़ा योगदान। सरदार हरबंस सिंह जी मैं बहुत बार मिलने की कोशिश की। वो गुरु घर के लीने रेंदे सी घट बैठे सो बहुता कुछ ना कहता होया। मैं उस परमात्मा अगे अरदास करदा सच्चे पातशाह इस पिछड़ी हुई रूह में अपने चरणों में नवास बख्शी तो पिछले परिवार को अंग साक में बाणा मनने का बल बख्शी। वाहेगुरु जी का खालसा वाहेगुरू जी वाहेगुरू जी की फतेह। अज असीं सारे बहुत ही दुख के टाइम पर अंतम अरदास सरदार हरबंस सिंह जी इकट्ठे हुए हैं। जिस तरह मेरे दोस्त पहला सारे गुरदिया ने परिवार बारे दसिया सो बजुर्गों ने सदा गुरु के लड़ लग के रब का नाम लैके जिथे परिवार उत्ते चक्या उत्ते समाजिक कामों के भी
ਵੱਧ ਤੋਂ ਵੱਧ ਹਿੱਸਾ ਪਾਇਆ। ਸੋ ਅੱਜ ਅਜੇ ਉਹਨਾਂ ਦੇ ਜਾਣ ਦਾ ਸਮਾਂ ਨਹੀਂ ਸੀ, ਪਰ ਅਚਾਨਕ ਹੀ ਸਾਰਿਆਂ ਨੂੰ ਛੱਡ ਕੇ ਚਲੇ ਗਏ। ਸੋ ਮੈਂ ਸਮਝਦਾ ਜਿੱਥੇ ਪਿਤਾ ਜੀ ਦਾ ਸਾਇਆ ਸਿਰ ਤੋਂ ਉੱਠ ਜਾਣਾ ਬੜੀ ਵੱਡੀ ਗੱਲ ਹੁੰਦੀ ਹੈ। ਸਾਡੇ ਭਰਾ ਸਰਦਾਰ ਮਨਜੀਤ ਸਿੰਘ ਢੰਡੇ ਜਿਹੜੇ ਪਿਤਾ ਤੋਂ ਸਲਾਹ ਔਰ ਉਹਨਾਂ ਦੇ ਆਸ਼ੀਰਵਾਦ ਤੋਂ ਸੱਖਣੇ ਹੋ ਗਏ ਬਹੁਤ, ਕਿਉਂਕਿ ਪਿਤਾ ਦੇ ਹੁੰਦੇ ਕੋਈ ਫਿਕਰ ਨਹੀਂ ਹੁੰਦਾ। ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾਂਦੇ ਹਾਂ ਕਿ ਬਜ਼ੁਰਗ ਘਰ ਬੈਠੇ ਨੇ, ਪਰ ਜਦੋਂ ਚਲੇ ਜਾਂਦੇ ਨੇ ਮੈਂ ਸਮਝਦਾ ਹੌਲੀ ਹੌਲੀ ਫਿਰ ਹੋਰ ਵੀ ਪਤਾ ਲੱਗਦਾ ਵੀ ਬਹੁਤ ਮੌਜਾਂ ਕਰਦੀਆਂ, ਜਿਵੇਂ ਆਪਾਂ ਕਹਿੰਦੇ ਹਾਂ ਕਿ ਬਾਪੂ ਦੇ ਸਿਰ 'ਤੇ ਮੌਜਾਂ ਕਰਦੇ ਹਾਂ। ਸੋ ਅੱਜ ਉਹਨਾਂ ਦਾ ਚਲੇ ਜਾਣ ਨਾਲ ਬੜਾ ਵੱਡਾ ਘਾਟਾ ਪਰਿਵਾਰ ਨੂੰ ਪਿਆ। ਸੋ ਸਾਡੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਸੀ ਸਰਦਾਰ ਮਨਜੀਤ ਸਿੰਘ ਜੀ ਜ਼ਿਲ੍ਹਾ ਕਾਂਗਰਸ ਕਮੇਟੀ 'ਚ ਵਾਈਸ ਪ੍ਰਧਾਨ ਨੇ, ਪਾਰਟੀ ਦੇ ਦੁੱਖ ਸੁੱਖ ਹੋਏ ਐਂਡ ਸਦਾ ਡੱਟ ਕੇ ਪਾਰਟੀ ਦੇ ਨਾਲ ਖੜੇ ਰਹਿੰਦੇ ਸੀ। ਸੋ ਬਜ਼ੁਰਗਾਂ ਦਾ ਵੀ ਆਸ਼ੀਰਵਾਦ ਇਹਨਾਂ 'ਤੇ ਰਹਿੰਦਾ ਸੀ। ਸੋ ਮੈਂ ਸਮਝਦਾ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਕਾਂਗਰਸ ਪਾਰਟੀ ਨੂੰ ਵੀ ਘਾਟਾ ਪਿਆ ਹੈ। ਸੋ ਅੱਜ ਦੁੱਖ ਦੇ ਸਮੇਂ 'ਚ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਬੰਸ ਸਿੰਘ ਜੀ ਢੰਡੇ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਸਮੁੱਚੀ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪਣੇ ਵੱਲੋਂ ਔਰ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹਾਂ, ਕਿਉਂਕਿ ਤੁਰ ਜਾਣਾ ਇਸ ਦੁਨੀਆ ਤੋਂ ਕਿਸੇ ਨੇ ਇੱਥੇ ਰਹਿਣਾ ਨਹੀਂ। ਔਰ ਅਕਸਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਜ਼ਿੰਦਗੀ ਜੀਣ ਦੇ ਦੋ ਹੀ ਤਰੀਕੇ ਹੈ, ਜਿਸ ਤਰ੍ਹਾਂ ਸਾਡੇ ਬਜ਼ੁਰਗ ਮਨੁੱਖਤਾ ਨੂੰ ਯਾਦ ਕਰਕੇ ਆਪਾਂ ਜੀਵਨ ਜੀ ਕੇ ਗਏ ਹੈ। ਸੋ ਉਹਨਾਂ ਨੂੰ ਯਾਦ ਕਰਦਿਆਂ ਮੈਂ ਇਹੀ ਅਰਦਾਸ ਕਰਦੀ ਹਾਂ ਕਿ ਸੱਚੇ ਪਾਤਸ਼ਾਹ ਇਸ ਪਰਿਵਾਰ 'ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣਾ। ਔਰ ਮੇਰਾ ਵੀਰ ਮਨਜੀਤ ਜਦੋਂ ਵੀ ਇਹਨਾਂ ਨੂੰ ਮਿਲਿਆ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਨੇ, ਬਹੁਤ ਹੀ ਸਤਿਕਾਰ ਕਰਦੇ ਨੇ ਹਰ ਇੱਕ ਆਪਣੇ ਜਿੰਨੇ ਵੀ ਉਹਨਾਂ ਦੇ ਪਰਿਵਾਰ 'ਚ ਕੋਈ ਵੀ ਸਦੱਸਿਆ ਅਸੀਂ ਗਏ ਹਾਂ। ਸੋ ਮੈਂ ਦਿਲੋਂ ਅੱਜ ਇਹ ਮੇਰੀ ਅਰਦਾਸ ਹੈ ਕਿ ਪਰਮਾਤਮਾ ਇਹਨਾਂ 'ਤੇ ਕਿਰਪਾ ਕਰਨ ਔਰ ਦੁੱਖ ਦੀ ਘੜੀ 'ਚੋਂ ਇਹ ਚੜ੍ਹਦੀ ਕਲਾ 'ਚ ਰਹਿ ਕੇ ਅੱਗੇ ਵੱਧ ਸਕਣ ਔਰ ਮਨੁੱਖਤਾ ਦੀ ਸੇਵਾ ਕਰ ਸਕਣ ਔਰ ਸਾਡੇ ਬਜ਼ੁਰਗਾਂ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਜਗ੍ਹਾ ਦੇਣ। ਬਹੁਤ ਬਹੁਤ ਧੰਨਵਾਦ ਕਰਦੇ ਹੋ ਇਸ ਸਮੁੱਚੀ ਸਾਧ ਸੰਗਤ ਜੀ ਦਾ ਆਪਣੇ ਵੱਲੋਂ ਫਿਰ ਫਤਿਹ ਕਹਿੰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਰਦਾਰ ਹਰਬੰਸ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਗੁਰੂ ਬੈਠੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੇ ਮਾਂ ਬਾਪ ਜਿਹਾ ਜੀ ਨੇ ਲਿਖਿਆ ਤਿਆ ਹੁਕਮ ਕਮਾਏ, ਧੱਲੇ ਆਵੇ ਨਾਨਕਾ ਸਦੇ ਉੱਠ ਜਾਏ, ਮਰਨ ਲਿਖਾਏ ਮੰਡਲ ਮੈਂ ਆਏ, ਜਿਹੇ ਵਾਕਾਂ ਅਨੁਸਾਰ ਸਰਦਾਰ ਹਰਬੰਸ ਸਿੰਘ ਇਹ ਸੰਸਾਰ ਵਿੱਚ ਵਿਚਰਦੇ ਹੋਏ ਪਿਛਲੇ ਦਿਨੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਵਰਾਜੇ ਹਨ ਅਤੇ ਆਪਾਂ ਸਾਰਿਆਂ ਨੇ ਮਿਲ ਕੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸਭ ਨੇ ਅਰਦਾਸ ਕੀਤੀ ਹੈ। ਮੌਤ ਦੇ ਸੰਬੰਧ ਵਿੱਚ ਰਾਗੀ ਸਿੰਘਾਂ ਨੇ ਔਰ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਸਾਰੇ ਬੁਲਾਰਿਆਂ ਨੇ ਵਿਸਥਾਰ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਇਨਸਾਨ ਹਰ ਜੀਵ ਜੋ ਇਸ ਸੰਸਾਰ 'ਤੇ ਆਇਆ ਹੈ ਉਸਨੇ ਇੱਕ ਨਾ ਇੱਕ ਦਿਨ ਉਸ ਵਾਹਿਗੁਰੂ ਦੇ ਹੁਕਮ ਨਾਲ ਉਸ ਵਾਹਿਗੁਰੂ ਦੀ ਗੋਦ ਵਿੱਚ ਹੀ ਚਲੇ ਜਾਣਾ। ਇਸੇ ਤਹਿਤ ਸਾਡੇ ਸਰ ਮਨਜੀਤ ਸਿੰਘ ਜੀ ਢੰਡੇ ਸਾਡੇ ਮਿੱਤਰ ਉਹਨਾਂ ਦੇ ਪਿਤਾ ਜੀ ਸਰ ਹਰਬੰਸ ਸਿੰਘ ਉਸ ਵਾਹਿਗੁਰੂ ਦੇ ਆਣੇ ਨੂੰ ਮੰਨਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ 'ਚ ਚਾਰ ਕਰਦੇ ਹਨ। ਪਰਿਵਾਰ ਪ੍ਰਤੀ ਜਿਵੇਂ ਕਿ ਪਹਿਲਾਂ ਸਭ ਤੋਂ ਛਾਪਾ ਨੂੰ ਪਤਾ ਲੱਗ ਚੁੱਕਿਆ ਕਿ ਪਿੰਡ ਢੰਡੇ ਤੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਇਲਾਕੇ ਵਿੱਚ ਵਿਚਰ ਰਹੇ ਹਨ, ਜਿੱਥੇ ਸਰਦਾਰ ਹਰਬੰਸ ਸਿੰਘ ਗੁਰੂ ਘਰ ਨਾਲ ਜੁੜੇ ਹੋਏ ਸੀ
ਉੱਥੇ ਉਹਨਾਂ ਦੀ ਵਧੀਆ ਗਾਈਡੈਂਸ ਵਿੱਚ, ਉਹਨਾਂ ਦੀ ਸੁਚੱਜੀ ਅਗਵਾਈ ਵਿੱਚ ਸਾਡਾ ਵੀਰ ਸਾਹਿਬ ਰਣਜੀਤ ਸਿੰਘ ਕਾਂਗਰਸ ਪਾਰਟੀ ਦੀ ਬਹੁਤ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਔਰ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਉਹ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ। ਔਰ ਅੱਜ ਉਹਨਾਂ ਦਾ ਹੀ ਸਦਕਾ ਉਹਨਾਂ ਦਾ ਪਰਿਵਾਰ ਵਿੱਚ, ਪਰਿਵਾਰ ਵੱਲੋਂ ਸਮਾਜ ਵਿੱਚ ਵਧੀਆ ਤਰੀਕੇ ਨਾਲ ਵਿਚਰਨਾ ਗਵਾਹੀ ਆ ਕਿ ਆਪਾਂ ਬਹੁਤ ਵੱਡੀ ਨਫਰੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਹਾਂ। ਦੁੱਖ ਹਮੇਸ਼ਾ ਵਧਿਆ ਘੱਟਦਾ ਹੈ ਅਤੇ ਅੱਜ ਸਾਰੇ ਹੀ ਤੁਸੀਂ ਜਿੰਨੇ ਵੀ ਇਸ ਵਕਤ ਇੱਥੇ ਹਾਜ਼ਰ ਹੋ ਜਾਂ ਹਾਜ਼ਰੀ ਲਵਾ ਕੇ ਗਏ ਨੇ, ਤੁਸੀਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮੈਂ ਸਰਦਾਰ ਮਨਜੀਤ ਸਿੰਘ ਟੰਡੇ ਦੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਉਸ ਮਹਿਲ ਨੂੰ ਅੱਗੇ ਫਿਰ ਅਰਦਾਸ ਕਰਦਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਪਰ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।